ਵਿਧਾਨ ਸਭਾ ਚੋਣਾਂ 2017 ਲਈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਇਲਾਕੇ ਦੇ ਬਹੁਤ ਹੀ ਪਿਆਰੇ ਤਿੰਨ ਵਾਰ MLA ਦੀ ਮੈਂਬਰਸ਼ਿਪ ਸੇਵਾ ਕਰ ਚੁੱਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਗੁਰੂ ਸਾਹਿਬ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਫਿਰ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਗਿਆ ਹੈ, ਜਿਨ੍ਹਾਂ ਨੂੰ ਅਸੀਂ ਜੀਵਾਂ ਕਹਿੰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ। ਰਾਣਾ ਸਾਹਿਬ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਸੀਂ ਚਾਹਾਂਗੇ ਅਜੀਤ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਤੁਹਾਡਾ ਪਿਛੋਕੜ ਕੀ ਹੈ, ਤੁਸੀਂ ਸਿਆਸਤ 'ਚ ਕਿਵੇਂ ਹੁੰਦੇ? ਇਸ ਤਰ੍ਹਾਂ ਜੀ ਕਿ ਮੈਂ ਬਹੁਤ ਛੋਟਾ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ ਸੀਗੀ, ਔਰ ਉਸ ਤੋਂ ਬਾਅਦ ਮੇਰਾ ਜਿਹੜਾ ਰੁਝਾਨ ਹੈ ਉਹ ਮੇਰੀ ਖੇਤੀਬਾੜੀ ਵੱਲ ਸੀਗਾ। ਲੇਕਿਨ ਉਸ ਤੋਂ ਬਾਅਦ ਮੈਨੂੰ ਪ੍ਰੇਰਿਤ ਕੀਤਾ ਗਿਆ ਲੋਕਾਂ ਨੇ ਕਿ ਤੁਸੀਂ ਸਿਆਸਤ ਵਿੱਚ ਆਓ, ਔਰ ਮੈਂ ਉਦੋਂ ਯੂਥ ਕਾਂਗਰਸ ਜੁਆਇਨ ਕੀਤੀ 1976 ਦੇ ਵਿੱਚ ਸੰਜੇ ਗਾਂਧੀ ਜੀ ਦੇ ਨਾਲ, ਔਰ ਫਿਰ ਮੈਂ ਜਨਰਲ ਸੈਕਟਰੀ ਰਿਹਾ। ਔਰ ਉਸ ਤੋਂ ਬਾਅਦ ਉਦੋਂ ਮੇਰੀ ਉਮਰ ਛੋਟੀ ਸੀ, ਫਿਰ ਮੈਂ 1980 'ਚ ਆ ਕੇ ਪੰਚਾਇਤ ਮੋਹਨ ਕੇ ਉਤਾੜ ਦਾ ਇਲੈਕਸ਼ਨ ਲੜਿਆ, ਔਰ ਉਹਦੇ 'ਚ ਮੈਂ ਪੰਚਾਇਤ ਮੈਂਬਰ ਵੀ ਬਣਿਆ। ਤਾਂ ਉਸ ਤੋਂ ਬਾਅਦ ਫਿਰ ਮੈਨੂੰ 85 'ਚ ਟਿਕਟ ਦਿੱਤੀ ਗਈ ਪਹਿਲੀ ਦਫਾ ਰਾਜੀਵ ਗਾਂਧੀ ਜੀ ਨੇ, ਉਦੋਂ ਕਿਉਂਕਿ ਸਿੱਖ ਵੋਟ ਦਾ ਬਾਈਕਾਟ ਸੀ ਔਰ ਪੰਜਾਬ ਦੇ ਵਿੱਚ ਅੱਤਵਾਦ ਸੀ, ਵੋਟਿੰਗ ਬੜੀ ਘੱਟ ਹੋਈ ਸੀਗੀ, ਔਰ ਮੈਂ ਉਹ ਇਲੈਕਸ਼ਨ ਜਿਹੜਾ ਹੈਗਾ ਉਹ ਨਹੀਂ ਜਿੱਤ ਸਕਿਆ। ਲੇਕਿਨ ਉਸ ਤੋਂ ਬਾਅਦ ਮੈਂ ਸਿਆਸੀ ਕੰਮਾਂ ਦੇ ਵਿੱਚ ਹਿੱਸਾ ਲੈਂਦਾ ਰਿਹਾ ਲੋਕਾਂ ਦੀ ਮਦਦ ਵਾਸਤੇ, ਔਰ ਜੋ ਵੀ ਸੋਸ਼ਲ ਵਰਕ ਸੀਗੇ ਮੈਂ ਉਹਨਾਂ ਵਿੱਚ ਕਾਫੀ ਐਕਟਿਵ ਸੀਗਾ। ਔਰ 2002 'ਚ ਮੈਨੂੰ ਦੁਬਾਰਾ ਫਿਰ ਟਿਕਟ ਮਿਲੀ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਬਣੇ, ਮੈਂ ਉਹਨਾਂ ਦਾ ਸਿਆਸੀ ਸਲਾਹਕਾਰ ਬਣਿਆ, ਔਰ ਉਸ ਤੋਂ ਬਾਅਦ ਮੈਨੂੰ ਚੀਫ ਪਾਰਲੀਮੈਂਟ ਸੈਕਟਰੀ ਸਪੋਰਟਸ ਅਤੇ ਐਜੂਕੇਸ਼ਨ ਵੀ ਬਣਾਇਆ ਗਿਆ, ਔਰ ਫਿਰ ਮੈਂ ਚੀਫ ਵਿਪ ਪਾਰਟੀ ਦਾ ਰਿਹਾ 7 ਸਾਲ, ਔਰ ਉਸ ਤੋਂ ਬਾਅਦ 2007 ਦਾ ਇਲੈਕਸ਼ਨ ਵੀ ਜਿੱਤਿਆ, ਔਰ 2012 ਦਾ ਵੀ 3 ਇਲੈਕਸ਼ਨ ਲਗਾਤਾਰ ਜਿੱਤਿਆ। ਲੋਕਾਂ ਦਾ ਇੱਕ ਪਿਆਰ ਹੀ ਇੰਨਾ ਜ਼ਿਆਦਾ ਸੀਗਾ ਕਿ ਹਰ ਇਲੈਕਸ਼ਨ ਜਦੋਂ ਮੈਂ ਉਹਨਾਂ ਦੇ ਕੋਲ ਜਾਂਦਾ ਸੀ ਤਾਂ ਉਹਨਾਂ ਦੇ ਮੈਨੂੰ ਇਹੀ ਗੱਲ ਹੁੰਦੀ ਸੀ ਵੀ ਛੋਟੀ ਸਾਹਿਬ ਤੁਸੀਂ ਕਿਉਂ ਖੇਚਲ ਕਰਦੇ ਹੋ, ਅਸੀਂ ਤੁਹਾਨੂੰ ਘਰ ਬੈਠੇ ਵੋਟਾਂ ਪਾਵਾਂਗੇ ਕਿਉਂਕਿ ਤੁਸੀਂ ਕੰਮ ਬੜੇ ਕੀਤੇ ਨੇ। ਕਿਉਂਕਿ ਇਹ ਬਾਰਡਰ ਦਾ ਇਲਾਕਾ ਹੋਣ ਕਰਕੇ ਇੱਥੇ ਕੋਈ ਡਿਵੈਲਪਮੈਂਟ ਨਹੀਂ ਸੀ ਹੋਈ, ਚਾਹੇ ਕੋਈ ਵੀ MLA ਰਹਿ ਕੇ ਗਿਆ, ਤਾਂ ਇਸ ਕਰਕੇ ਲੋਕਾਂ ਦੇ ਵਾਸਤੇ ਜਿਹੜੀ ਡਿਵੈਲਪਮੈਂਟ ਸੀ ਦੇਖਣੀ ਉਹ ਇੱਕ ਬੜੀ ਨਵੀਂ ਚੀਜ਼ ਸੀ। ਸੋ ਇਸ ਕਰਕੇ ਲੋਕਾਂ ਨੇ ਮੈਨੂੰ ਬੜਾ ਸਤਿਕਾਰ ਦਿੱਤਾ, ਔਰ ਮੈਂ 3 ਦਫਾ ਲਗਾਤਾਰ MLA ਬਣਿਆ, ਔਰ 4th ਦਫਾ ਹੁਣ ਮੈਨੂੰ ਇਹ ਦੁਬਾਰਾ ਪਾਰਟੀ ਨੇ ਨੋਮੀਨੇਟ ਕੀਤਾ ਇਲੈਕਸ਼ਨ ਲੜਨ ਵਾਸਤੇ, ਔਰ ਮੈਨੂੰ ਲੋਕਾਂ ਦਾ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ, ਔਰ ਮੈਂ ਉਮੀਦ ਕਰਦਾ ਕਿ ਸੱਚੇ ਪਾਤਸ਼ਾਹ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਔਰ ਲੋਕਾਂ ਦੇ ਪਿਆਰ ਦੇ ਨਾਲ ਮੈਂ ਇਲੈਕਸ਼ਨ ਬਹੁਮਤ ਦੇ ਨਾਲ ਭਾਰੀ ਵੋਟਾਂ ਨਾਲ ਜਿੱਤਾਂ। ਰਾਣਾ ਸਾਹਿਬ, ਤੁਸੀਂ ਜੇ ਕਿਸਾਨ ਵੀ ਆਪਣਾ ਜੀਵਨ ਸ਼ੁਰੂ ਕੀਤਾ, ਫਿਰ ਤੁਸੀਂ ਇੱਕ ਕੌਮਾਂਤਰੀ ਪੱਧਰ 'ਤੇ ਖੇਡਾਂ 'ਚ ਵੀ ਮੱਲਾਂ ਮਾਰੀਆਂ ਤੁਸੀਂ, ਅਤੇ ਤੁਸੀਂ ਸਮਾਜ ਸੇਵਾ 'ਚ ਇਹਦੇ ਨਾਲ ਨਾਲ ਕੀ ਯੋਗਦਾਨ ਪਾਇਆ? ਦੇਖੋ, ਸਮਾਜ ਸੇਵਾ ਦਾ ਇਹ ਹੈ ਕਿ ਮੈਨੂੰ ਯਾਦ ਹੈ ਕਿ ਕਾਫੀ ਸਾਲ ਪਹਿਲਾਂ 1980 ਦੇ ਵਿੱਚ ਫਲੱਡ ਆ ਗਏ ਸੀਗੇ, ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ, ਔਰ ਉਦੋਂ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਪਿੰਡਾਂ ਵਾਲਿਆਂ ਨੂੰ ਇਕੱਠੇ ਕਰਕੇ ਜਿੱਥੇ ਜਿੱਥੇ ਕਿਸੇ ਦਾ ਨੁਕਸਾਨ ਹੋਇਆ ਅਸੀਂ ਸਪੈਸ਼ਲ ਗਰਦਾਵਰੀਆਂ ਕਰਵਾਈਆਂ ਲੋਕਾਂ ਦੇ ਨਾਲ ਮੈਂ ਜਾ ਕੇ, ਔਰ ਜਿੱਥੇ ਜਿੱਥੇ ਜਿਹੜੇ ਲੋਕ ਬੇਘਰ ਹੋਏ ਸੀਗੇ ਉਹਨਾਂ ਨੂੰ ਅਸੀਂ ਜਗ੍ਹਾ ਪ੍ਰੋਵਾਈਡ ਕੀਤੀ, ਉਹਨਾਂ ਦੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੋਈ ਨਾ ਕੋਈ ਲੋਕਾਂ 'ਤੇ ਕੋਈ ਭੀੜ ਬਣਦੀ ਸੀਗੀ ਅਸੀਂ ਲੋਕਾਂ ਦਾ ਸਾਥ ਦਿੰਦੇ ਰਹੇ, ਔਰ ਉਹਨਾਂ ਦੇ ਦੁੱਖ ਸੁੱਖ 'ਚ ਅਸੀਂ ਹਮੇਸ਼ਾ ਮੈਂ ਔਰ ਮੇਰਾ ਪਰਿਵਾਰ ਅਸੀਂ ਸ਼ਾਮਿਲ ਹੁੰਦੇ ਰਹੇ। ਔਰ ਖੇਡਾਂ ਦੇ ਮੈਦਾਨ ਦੇ ਵਿੱਚ ਮੈਨੂੰ ਨਿਸ਼ਾਨੇਬਾਜ਼ੀ ਦਾ ਸ਼ੌਕ ਸੀ ਸ਼ੁਰੂ ਤੋਂ ਹੀ, ਔਰ ਮੈਂ 7 ਸਾਲ ਨੈਸ਼ਨਲ ਚੈਂਪੀਅਨ ਵੀ ਰਿਹਾ, ਔਰ ਹਿੰਦੁਸਤਾਨ ਨੂੰ ਮੈਂ ਜਿਹੜੀ ਨੁਮਾਇੰਦਗੀ ਵੀ ਮੈਂ ਕੀਤੀ ਏਸ਼ੀਅਨ ਗੇਮਸ ਬੈਂਕਾਕ ਦੇ ਵਿੱਚ। ਰਾਣਾ ਸਾਹਿਬ, ਤੁਸੀਂ ਸਮਾਜ ਨੂੰ ਖੇਡਾਂ 'ਚ ਵੀ ਵੱਡੀਆਂ ਦੇਣਾਂ ਦਿੱਤੀਆਂ, ਰਾਜਨੀਤੀ 'ਚ ਤੁਹਾਡਾ ਆਉਣ ਦਾ ਕਿਵੇਂ ਮਨ ਬਣਿਆ? ਰਾਜਨੀਤੀ ਜੀ, ਮੈਨੂੰ ਰਾਜੀਵ ਜੀ ਦੇ ਨਾਲ ਉਹਨਾਂ ਨੂੰ ਵੀ ਸ਼ੌਕ ਸੀਗਾ ਨਿਸ਼ਾਨੇਬਾਜ਼ੀ ਦਾ, ਤਾਂ ਇੱਕ ਦਿਨ ਜਦ ਮੈਂ ਉਹਨਾਂ ਦੇ ਨਾਲ ਕੋਚਿੰਗ ਕਰ ਰਿਹਾ ਸੀਗਾ ਦਿੱਲੀ ਦੇ ਵਿੱਚ, ਔਰ 1982 ਦੀਆਂ ਖੇਡਾਂ ਤੋਂ ਬਾਅਦ ਜਿਹੜੀਆਂ ਸਾਡੀਆਂ ਏਸ਼ੀਅਨ ਗੇਮਸ ਹੋਈਆਂ ਸੀਗੀਆਂ ਦਿੱਲੀ 'ਚ, ਤਾਂ ਉਹਨਾਂ ਨੇ ਮੈਨੂੰ ਦੇਖਿਆ ਕਿ ਮੈਨੂੰ ਵੀ ਸ਼ੂਟਿੰਗ ਦਾ ਸ਼ੌਕ ਹੈ, ਔਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਹ ਇਲੈਕਸ਼ਨ ਲੜੋਗੇ, ਤਾਂ ਮੈਂ ਉਹਦਾ ਜਵਾਬ ਹਾਂ 'ਚ ਕੀਤਾ, ਔਰ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਗਾਂਧੀ ਪਰਿਵਾਰ ਨੇ, ਰਾਜੀਵ ਜੀ ਨੇ ਸਭ ਤੋਂ ਪਹਿਲਾਂ, ਔਰ ਉਹਨਾਂ ਦੇ ਜਾਣ ਤੋਂ ਬਾਅਦ ਕੁਛ ਦੇਰ ਮੈਂ ਟਰਮੋਇਲ 'ਚ ਵੀ ਰਿਹਾ,
ਕਿਉਂਕਿ ਮੇਰੇ ਉਹਨਾਂ ਦੇ ਨਾਲ ਪਰਸਨਲ ਸੰਬੰਧ ਸੀਗੇ, ਸਿੱਧੇ ਸੰਬੰਧ ਸੀਗੇ। ਅਤੇ ਤੁਹਾਨੂੰ ਪਤਾ ਸਿਆਸੀ ਦਾਇਰੇ ਦੇ ਵਿੱਚ ਕਈ ਦਫ਼ਾ ਇਹ ਚੀਜ਼ਾਂ ਜਿਹੜੀਆਂ ਸੀਨੀਅਰ ਲੀਡਰਸ਼ਿਪ ਨੂੰ ਇਹ ਮਾਫਕ ਨਹੀਂ ਆਉਂਦੀਆਂ, ਲੇਕਿਨ ਮੈਂ ਆਪਣਾ ਜਿਹੜਾ ਜਦੋਂ ਜਦ ਜਾਰੀ ਰੱਖਿਆ ਔਰ ਮੈਨੂੰ ਫਿਰ 2002 ਦੇ ਵਿੱਚ ਮੈਂ ਇਲੈਕਸ਼ਨ ਦੇ ਵਿੱਚ ਕਾਮਯਾਬ ਹੋਇਆ। ਤੁਹਾਡੇ ਲੋਕਾਂ ਨੇ ਬੜੀ ਹਰਮਨ ਪਿਆਰਤਾ, ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਚੋਣਾਂ 'ਚੋਂ ਸਫਲਤਾਪੂਰਵਕ ਪਾਸ ਹੁੰਦੇ ਹੋ, ਅਤੇ ਤੁਹਾਡੀ ਕੀ ਤਰਜੀਹ ਰਹੂਗੀ ਹਲਕੇ ਪ੍ਰਤੀ, ਲੋਕਾਂ ਪ੍ਰਤੀ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਮੇਰੇ ਹਲਕਿਆਂ ਬਾਰਡਰ ਏਰੀਆ ਦੇ ਹੋਣ ਦੇ ਕਾਰਨ ਇੱਥੇ ਬਹੁਤ ਤਰੁੱਟੀਆਂ ਰਹਿ ਗਈਆਂ ਔਰ ਮੌਜੂਦਾ ਹਲਕਾ ਇੰਚਾਰਜ ਨੇ, ਮੈਂ ਤਾਂ ਇਹ ਕਹਾਂਗਾ ਕਿ ਇਸ ਹਲਕੇ ਦਾ 10 ਸਾਲ ਇੰਨਾ ਕੁ ਨੁਕਸਾਨ ਕੀਤਾ ਹੈ ਕਿ ਇਰਰਿਪੇਰੇਬਲ ਲੋਸ ਮੈਂ ਕਹਾਂਗਾ, ਲੇਕਿਨ ਅਸੀਂ ਕੋਸ਼ਿਸ਼ ਨਹੀਂ ਹਾਰਾਂਗੇ। ਡਰੱਗਸ ਇੱਥੇ ਬਹੁਤ ਜ਼ਿਆਦਾ ਆ ਗਈਆਂ, ਨੌਜਵਾਨ ਬੱਚੇ ਜਿਹੜੇ ਨੇ ਉਹ ਨਸ਼ਿਆਂ 'ਤੇ ਲੱਗ ਗਏ ਨੇ, ਔਰ ਉਹ ਵੀ ਇਹਨਾਂ ਦੀ ਦੇਣ ਹੈ, ਹਲਕਾ ਇੰਚਾਰਜ ਦੀ ਦੇਣ ਹੈ, ਮੌਜੂਦਾ ਸਰਕਾਰ ਦੀ ਦੇਣ ਹੈ। ਇਸੇ ਤਰ੍ਹਾਂ ਹੀ ਸਾਰੀਆਂ ਲਿੰਕ ਰੋਡਸ ਜਿਹੜੀਆਂ ਅੱਜ ਕਿਸੇ ਪਾਸੇ ਤੁਸੀਂ ਗੁਰੂਗੜ੍ਹ ਸਾਹਿਬ ਚਲੇ ਜਾਓ, ਇਹ ਮੈਂ ਸਿਆਸੀ ਗੱਲ ਨਹੀਂ ਕਰ ਰਿਹਾ, ਮੈਂ ਕਹਿੰਦਾ ਕਿ ਤੁਸੀਂ ਲੋਕਾਂ ਤੱਕ ਸਾਰੀਆਂ ਗੱਲਾਂ ਪਹੁੰਚਾਉਂਦੇ ਹੋ। ਮੈਂ ਤਾਂ ਕਹਾਂਗਾ ਤੁਸੀਂ ਵਿਜ਼ਿਟ ਕਰੋ ਮੇਰੇ ਕੌਨਸਟੀਚੁਐਂਸੀ ਨੂੰ, ਮੇਰੇ ਏਰੀਏ ਨੂੰ, ਔਰ ਤੁਹਾਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਕੀਤਾ। ਰੇਤਾਂ ਦੀ ਸਮਗਲਿੰਗ ਇਹਨਾਂ ਨੇ ਕੀਤੀ ਹੈ, 80-80 ਫੁੱਟ ਡੂੰਘੇ ਟੋਏ ਇਹਨਾਂ ਨੇ ਰੇਤਾ ਜਿਹੜੇ ਵੇਚੀ ਹੈ, ਉੱਥੇ ਬਹੁਤ ਭਾਰੀ ਨੁਕਸਾਨ ਹੋ ਸਕਦਾ, ਬਾਰਿਸ਼ ਆ ਜਾਵੇ ਕਈ ਪਿੰਡਾਂ ਦੇ ਪਿੰਡ ਰੁੜ ਸਕਦੇ ਨੇ ਜੇ ਫਲੱਡਸ ਆ ਜਾਂਦਾ। ਅਸੀਂ ਉਹ ਸਾਰੀਆਂ ਸੜਕਾਂ ਨੂੰ ਅਸੀਂ ਨਵੀਆਂ ਸਾਨੂੰ ਬਣਾਉਣੀਆਂ ਪੈਣਗੀਆਂ, ਦੁਬਾਰਾ ਕਰਨੀਆਂ ਪੈਣਗੀਆਂ। ਲੋਕਾਂ ਨੂੰ ਕਨੈਕਸ਼ਨਸ ਨਹੀਂ ਮਿਲਦੇ ਟਿਊਬਵੈੱਲ ਦੇ, ਇਹਨਾਂ ਨੇ 1.5 ਲੱਖ ਰੁਪਈਆ ਰੱਖਤਾ। ਇੱਕ ਜਿਹੜਾ 5 ਏਕੜ ਦਾ ਮਾਲਕ 1.5 ਲੱਖ ਰੁਪਈਆ ਦੇ ਕੇ ਕਨੈਕਸ਼ਨ ਕਿਸ ਤਰ੍ਹਾਂ ਲੈ ਸਕਦਾ? ਲੋਕਾਂ ਦੇ ਸਿਰ 'ਤੇ ਕਰਜ਼ੇ ਨੇ, ਫਾਰਮਰ ਖੁਦਕੁਸ਼ੀਆਂ ਕਰ ਰਿਹਾ, ਮੰਡੀਆਂ ਦੇ ਵਿੱਚ ਬੈਠਾ, ਅਨਇੰਪਲੋਇਮੈਂਟ ਹੈਗੀ ਹੈ, ਔਰ ਗੰਦਗੀ ਇੰਨੀ ਜ਼ਿਆਦਾ ਹੈ ਸ਼ਹਿਰ 'ਚ ਕਿ ਮੈਨੂੰ ਹੈਰਾਨਗੀ ਹੈ ਕਿ ਇਹਨਾਂ ਦੇ ਕੋਲ ਪ੍ਰਧਾਨਗੀ ਵੀ ਮੰਡੀ ਦੀ, ਸਰਕਾਰ ਵੀ ਇਹਨਾਂ ਦੀ, ਔਰ ਉੱਥੇ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਬੱਸ ਸਟੈਂਡ ਹੈ, ਅੱਧ ਖੜਖੜਾ ਹੈਗਾ। ਸਿਵਰੇਜ ਸਿਸਟਮ ਜੇ ਤੁਸੀਂ ਦੇਖ ਲਓ, ਪ੍ਰਕਾਸ਼ ਸਿੰਘ ਬਾਦਲ ਦਾ ਨੀਂਹ ਪੱਥਰ ਲੱਗਿਆ ਔਰ ਉੱਥੇ ਜਾਨਵਰ ਬੈਠੇ ਹੋਏ ਨੇ ਔਰ ਉਹ ਪੱਥਰ ਦਾ ਪੱਥਰ ਹੀ ਰਹਿ ਗਿਆ। ਸੋ ਇਹ ਸਾਰੀਆਂ ਚੀਜ਼ਾਂ ਔਨ ਗਰਾਊਂਡ ਨੇ, ਇਹ ਕੋਈ ਸਿਆਸੀ ਇਕੱਲੇ ਐਲੀਗੇਸ਼ਨਸ ਨਹੀਂ ਹੈ ਕਿ ਮੈਂ ਓਪੋਜੀਸ਼ਨ 'ਚ ਬਹਿ ਕੇ ਇਹਨਾਂ 'ਤੇ ਕੋਈ ਦੋਸ਼ ਲਗਾ ਰਿਹਾ। ਮੈਂ ਤਾਂ ਉਹ ਗੱਲਾਂ ਕਰ ਰਿਹਾ ਜੋ ਤੱਥ ਨੇ, ਸੱਚ ਨੇ, ਸੱਚਾਈ ਨੇ, ਔਰ ਆਉਣ ਵਾਲੇ ਸਮੇਂ 'ਚ ਮੈਂ ਚਾਹਾਂਗਾ ਕਿ ਗੁਰੂ ਹਰ ਸਾਹਿਬ ਦੇ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮ ਨੇ। ਫਾਇਰ ਬ੍ਰਿਗੇਡ ਨਹੀਂ ਹੈ, ਇੱਥੇ ਅੱਗ ਲੱਗ ਜਾਂਦੀ ਹੈ, ਦੁਕਾਨਾਂ ਸੜ ਜਾਂਦੀਆਂ ਨੇ, ਮਿੱਲਾਂ ਸੜ ਜਾਂਦੀਆਂ ਨੇ, ਪਿੱਛੇ ਜੇ ਇੱਕ ਸਾਡੀ ਗੱਤਾ ਮਿੱਲ ਸੜ ਗਈ, ਬਾਜ਼ਾਰ 'ਚ ਦੁਕਾਨਾਂ ਸੜ ਗਈਆਂ। ਹੁਣ ਤੁਸੀਂ ਦੱਸੋ ਫਾਜ਼ਿਲਕਾ ਤੋਂ ਫਾਇਰ ਬ੍ਰਿਗੇਡ ਆਏਗਾ ਜਾਂ ਫਿਰੋਜ਼ਪੁਰ ਤੋਂ ਆਏਗਾ? ਮੌਜੂਦਾ ਹਲਕਾ ਇੰਚਾਰਜ ਉਹਨਾਂ ਦੀ ਸੋਚ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਕੋਈ ਪ੍ਰੋਵੀਜ਼ਨ ਪ੍ਰੋਵਾਈਡ ਕਰੀਏ ਜਿਹੜੀ ਇਹਨਾਂ ਦੇ, ਇਹਨਾਂ ਦਾ ਸਿਰਫ ਲੁੱਟਣ ਦਾ ਕੰਮ ਰਿਹਾ। ਇਹਨਾਂ ਨੇ 10 ਸਾਲ ਲੁੱਟ ਤੋਂ ਇਲਾਵਾ ਕੁਛ ਨਹੀਂ ਕੀਤਾ। ਸੋ ਬਹੁਤ ਸਾਰੇ ਵਿਕਾਸ ਦੇ ਕੰਮ ਨੇ, ਕਿਸਾਨਾਂ ਦੇ ਕੰਮ ਨੇ, ਉਹਨਾਂ ਦੀਆਂ ਸਬਸਿਡੀਜ਼ ਨੇ, ਉਹਨਾਂ ਨੂੰ ਚੰਗੇ ਬੀਜ ਔਰ ਹੋਰ ਸਾਰੀਆਂ ਸਹੂਲਤਾਂ, ਟਾਈਮ ਸਿਰ ਫਸਲਾਂ ਦਾ ਚੱਕਣਾ, ਇਹ ਸਾਰਾ ਸਾਡਾ ਇੱਕ ਟੀਚਾ ਰਹੇਗਾ। ਔਰ ਖਾਸ ਤੌਰ 'ਤੇ ਅਸੀਂ ਹਰ ਘਰ 'ਚ ਇੱਕ ਨੌਕਰੀ ਦਾ ਜਿਹੜਾ ਐਲਾਨ ਕੀਤਾ ਕੈਪਟਨ ਸਾਹਿਬ ਨੇ, ਉਹਨੂੰ ਅਸੀਂ ਪੂਰਾ ਕਰਕੇ ਜਿਹੜੀ ਗੱਲ ਹੋਈ ਹੈ ਉਹ ਅਸੀਂ ਲੋਕਾਂ ਤੱਕ ਉਹਨਾਂ ਨੂੰ ਸਹੂਲਤਾਂ ਦਿਆਂਗੇ। ਰਾਣਾ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀਆਂ ਇਲਾਕੇ 'ਚ ਬੜੀਆਂ ਵੱਡੀਆਂ ਸਮੱਸਿਆਵਾਂ, ਉਹਨਾਂ 'ਤੇ ਤੁਹਾਡੀ ਨਜ਼ਰ 'ਚ ਕੀ ਸੁਧਾਰ ਆ, ਅਤੇ ਤੁਹਾਡੀ ਜਿਹੜੀ ਸਰਕਾਰ ਆਊਗੀ ਉਹਨੂੰ ਕਿੱਦਾਂ ਦੀ ਸਰਕਾਰ ਚਾਹੀਦੀ ਹੈ, ਕਿਹੜੇ ਉਹ ਕਦਮ ਚੱਕੇਗੀ? ਦੇਖੋ, ਲੋਕਾਂ ਨੂੰ ਅੱਜ ਸਰਕਾਰ ਜਿਹੜੀ ਹੈ ਉਹ ਟਰਾਂਸਪੇਰੈਂਟ ਸਰਕਾਰ ਚਾਹੀਦੀ ਹੈ। ਲੋਕਾਂ ਨੂੰ ਜਿਹੜੀ ਨੁਮਾਇੰਦਗੀ ਹੈ ਉਹ ਬੰਦਾ ਪਸੰਦ ਕਰਦੇ ਨੇ ਜਿਹੜਾ ਉਹਨਾਂ ਦੇ ਨਾਲ ਖਰੀ ਅਤੇ ਸੱਚੀ ਗੱਲ ਕਰੇ ਅਤੇ ਜਿਹੜੀ ਗੱਲ ਉਹਨਾਂ ਦੀ ਸਮਝ 'ਚ ਕਰੇ। ਔਰ ਇਹ ਗੱਲਾਂ ਕਰਨ ਵਾਸਤੇ ਕਾਂਗਰਸ ਲਾਮਬੰਦ ਹੈ। ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਜਿਹੜੇ ਵੀ ਕੰਮ ਹੋਣਗੇ ਉਹ ਗਰੀਬਾਂ ਦੇ ਹੱਕ 'ਚ ਔਰ ਲੋਕਾਂ ਦੇ ਹਿੱਤ ਦੇ ਵਿੱਚ ਉਹ ਕੀਤੇ ਜਾਣਗੇ। ਦੇਖੋ, ਪੰਜਾਬ ਇੱਕ ਜਿਹੜੀ ਐਗਰੀਕਲਚਰ ਸਟੇਟ ਹੈ ਜਿਹਦੇ 'ਚ ਸਾਡੀ ਐਗਰੇਰੀਅਨ ਇਕੋਨਮੀ ਹੈ, ਸਾਡਾ ਜੋ ਵੀ ਸਾਡਾ ਇਕੋਨਮੀ ਉਹ ਸਾਰੀ ਐਗਰੀਕਲਚਰ ਪ੍ਰੋਡਿਊਸ 'ਤੇ, ਚਾਹੇ ਉਹ ਝੋਨਾ ਹੈ, ਚਾਹੇ ਕਣਕ ਹੈ, ਚਾਹੇ ਗੰਨਾ ਹੈ। ਜਿੰਨੀ ਦੇਰ ਅਸੀਂ ਇਹਨਾਂ ਦਾ ਕੋਈ ਬਦਲ ਨਹੀਂ ਕਰਾਂਗੇ, ਇਹਨਾਂ ਨੂੰ ਅਸੀਂ ਕਿਸਾਨ ਨੂੰ ਖੁਸ਼ਹਾਲ ਨਹੀਂ ਬਣਾਵਾਂਗੇ, ਉਨੀ ਦੇਰ ਸਾਡੀ ਇਕੋਨਮੀ ਪੰਜਾਬ ਦੀ ਨਹੀਂ ਉੱਠ ਸਕਦੀ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਜਿਹੜਾ ਬੜਾ ਮੰਥਨ ਕੀਤਾ ਹੈ ਔਰ ਬੜਾ ਅਸੀਂ ਚਰਚਾ ਕਰਕੇ ਕੁਛ ਜਿਹੜੇ ਸਾਡੇ ਮੈਨੀਫੈਸਟੋ ਆਉਣਗੇ ਉਹਦੇ 'ਚ ਗਰੀਬਾਂ ਵਾਸਤੇ, ਫਾਰਮ ਲੇਬਰ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਨੇ। ਔਰ ਪੈਨਸ਼ਨ ਦੇਖੋ, 5-5 ਮਹੀਨੇ ਦੀਆਂ ਪੈਨਸ਼ਨ ਨਹੀਂ ਮਿਲੀਆਂ, ਅੱਜ ਕੱਲ੍ਹ ਦੇ ਦਿਨ 'ਚ 500 ਰੁਪਈਆ ਕਿਸੇ ਨੂੰ ਪੈਨਸ਼ਨ ਦੇਣਾ ਇੱਕ ਮਜ਼ਾਕ ਹੈ। ਸਾਡੀ ਗਵਰਨਮੈਂਟ ਆਉਣ 'ਤੇ ਅਸੀਂ 2000 ਪੈਨਸ਼ਨ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਹੀ ਸ਼ਗਨ ਸਕੀਮਾਂ
ਉਹ ਵੀ ਅਸੀਂ ਵਧਾਵਾਂਗੇ। ਸੋ ਜੋ ਜੋ ਵੀ ਸਹੂਲਤਾਂ ਨੇ, ਬਿਜਲੀ ਦੀ ਸਪਲਾਈ ਬੜੀ ਮਾੜੀ ਹੈ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਡਿਪਟੀ ਸੀਐਮ ਕਹਿੰਦੇ ਨੇ ਕਿ ਬਿਜਲੀ ਵਾਧੂ ਹੋ ਗਈ, ਪਿੰਡਾਂ ਦੇ ਵਿੱਚ ਜਾਓ ਤਾਂ ਬਿਜਲੀ ਹੈ ਨਹੀਂ। ਅੱਜ ਕਣਕ ਦਾ ਮੌਸਮ ਹੈ, ਪਾਣੀ ਲਾਉਣ ਦਾ ਮੌਸਮ, ਔਰ ਤੜਕੇ ਜਦ ਠੰਡ ਦਾ ਮੌਸਮ ਹੈ ਤਾਂ ਉਦੋਂ ਤੜਕੇ 3 ਵਜੇ ਜਾਂ 4 ਵਜੇ ਬਿਜਲੀ ਦੇਣ ਦਾ 4 ਘੰਟੇ ਦਾ ਕੋਈ ਮਕਸਦ ਹੈ? ਜਦਕਿ ਉਹਨੂੰ 3 ਵਜੇ ਦਿਓ, ਰਾਤ ਨੂੰ ਤਾਂ ਕੋਈ ਬਿਜਲੀ ਇਸਤੇਮਾਲ ਹੀ ਨਹੀਂ ਕਰਦਾ। ਸੋ ਇਸ ਕਰਕੇ ਬਹੁਤ ਸਾਰੀਆਂ ਤਕਲੀਫਾਂ ਨੇ ਜ਼ਿੰਮੇਦਾਰਾਂ ਨੂੰ, ਔਰ ਸਭ ਤੋਂ ਵੱਡਾ ਜਿਹੜਾ ਹਲਕਾ ਇੰਚਾਰਜ ਹੋ ਰਹੇ ਨੇ, ਲੋਕਾਂ ਦੇ ਨਾਲ ਐਟੀਟਿਊਡ ਔਰ ਉਹਨਾਂ ਦੇ ਜਿਹੜੇ ਝੂਠੇ ਪਰਚੇ ਨੇ ਉਹ ਕੈਂਸਲੇਸ਼ਨ ਕੀਤੇ ਜਾਣਗੇ ਸਾਡੀ ਸਰਕਾਰ ਆਉਣ 'ਤੇ, ਔਰ ਲੋਕਾਂ ਨੂੰ ਜਿਹੜੀ ਹੈਗੀ ਹੈ ਉਹਦੀ ਸਹੂਲਤ ਦਿੱਤੀ ਜਾਏਗੀ ਕਿ ਉਹ ਆਰਾਮ ਦੇ ਨਾਲ ਉਹਨਾਂ ਦੀ ਜਾਨ ਅਤੇ ਮਾਲ ਦਾ ਜਿਹੜਾ ਅਸੀਂ ਰਾਖੀ ਕਰਨਾ, ਉਹ ਸਾਡੀ ਸਰਕਾਰ ਦਾ ਇੱਕ ਵਚਨ ਹੋਏਗਾ। ਰਾਣਾ ਸਾਹਿਬ, ਤੁਸੀਂ ਜਿਹੜੇ ਆਪਣੇ ਵਿਚਾਰ ਦੱਸੇ ਆ, ਉਹਨਾਂ ਪ੍ਰਤੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਰੋਏ ਸਮਾਜ ਦੀ, ਨਰੋਏ ਪੰਜਾਬ ਦੀ ਸਿਰਜਣਾ ਲਈ, ਕਾਂਗਰਸ ਸਰਕਾਰ ਲਿਆਉਣ ਲਈ ਤੁਹਾਡਾ ਕੀ ਉਦੇਸ਼ ਹੈ? ਦੇਖੋ, ਮੈਂ ਤਾਂ ਲੋਕਾਂ ਦੇ ਅੱਗੇ ਹੀ ਬੇਨਤੀ ਕਰਾਂਗਾ ਕਿ ਇਸ ਵੇਲੇ ਇੱਕ ਮੌਕਾ ਹੈ, ਸਾਡੇ ਜਿਹੜੇ ਸਿਪਾ ਸਲਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਕਹਿਣੀ ਔਰ ਕਥਨੀ 'ਚ ਕੋਈ ਫਰਕ ਨਹੀਂ ਹੈ। ਉਹਨਾਂ ਤੋਂ ਇਹ ਚੀਜ਼, ਅਸੀਂ ਇਹ ਚੀਜ਼ ਗ੍ਰਹਿਣ ਕੀਤੀ ਹੈ ਵੀ ਅਸੀਂ ਜੋ ਮੈਂ ਆਪਣੇ ਇਲਾਕੇ 'ਚ ਕਹਿਣਾ ਉਹਨੂੰ ਮੈਂ ਪੂਰਾ ਕਰਦਾ। ਸੋ ਇਸ ਕਰਕੇ ਬਹੁਤ ਸਾਰੇ ਨੌਟੰਕੀ ਬੰਦੇ ਤੁਰੇ ਫਿਰਦੇ ਨੇ, ਜਿਸ ਤਰ੍ਹਾਂ ਕਿ ਕੇਜਰੀਵਾਲ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਦਿੱਲੀ ਦੀ ਸਿਚੁਏਸ਼ਨ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੋਏਗੀ, ਲੋਕਾਂ ਨੂੰ ਪਤਾ, ਕਿਉਂਕਿ ਹਰ ਚੀਜ਼ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ 'ਤੇ ਔਰ ਜਿਹੜਾ ਸੋਸ਼ਲ ਮੀਡੀਆ 'ਤੇ ਅਵੇਲੇਬਲ, ਔਰ ਉਹ ਇੱਥੇ ਆ ਕੇ ਇੱਕ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨੌਜਵਾਨਾਂ ਨੂੰ। ਲੇਕਿਨ ਮੈਂ ਤਾਂ ਸੱਚੇ ਪਾਤਸ਼ਾਹ ਦਾ ਸ਼ੁਕਰ ਕੀਤਾ ਕਿ ਨੌਜਵਾਨ ਅੱਜ ਗੁੰਮਰਾਹ ਨਹੀਂ ਹੋ ਰਿਹਾ। ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਜੇ ਸਾਨੂੰ ਸਹੀ ਸਰਕਾਰ ਮਿਲ ਸਕਦੀ ਹੈ ਤਾਂ ਕਾਂਗਰਸ ਪਾਰਟੀ ਤੋਂ ਮਿਲ ਸਕਦੀ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਮਿਲ ਸਕਦੀ ਹੈ। ਸੋ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਅਸੀਂ ਐਤਕੀ ਪਾਵਰ 'ਚ ਲਿਆਉਣਾ, ਔਰ ਸਰਕਾਰ ਦਾ ਜਿਹੜਾ ਬਦਲ ਕਰਨਾ ਇਹ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ 10 ਸਾਲ ਦੀ ਲਗਾਤਾਰ ਸਰਕਾਰ 'ਚ ਕਰਪਸ਼ਨ ਜਿਹੜੀ ਹੈ ਔਰ ਨੈਪੋਟਿਜ਼ਮ ਜੋ ਹੈ ਇੱਕ ਦੂਜੇ ਦੀ ਫੇਵਰ ਕਰਨ ਤੋਂ, ਅਸੀਂ ਦੇਖੋ ਉੱਧਰੋਂ ਤਾਂ ਇਲੈਕਸ਼ਨ ਦੇ ਦਿਨ ਆ ਗਏ, ਉੱਧਰ ਰੋਜ਼ ਹੀ ਬਾਦਲ ਸਾਹਿਬ ਕੋਈ ਨਾ ਕੋਈ ਨਿਯੁਕਤੀਆਂ ਕਰ ਰਹੇ ਨੇ, ਕਦੀ 200 ਬੰਦਾ ਰੱਖਤਾ, ਕਦੀ 40 ਇੰਸਪੈਕਟਰ ਰੱਖਤੇ, ਕਦੀ ਕਿਸੇ ਨੂੰ ਬੋਰਡ ਦਾ ਮੈਂਬਰ ਬਣਾਤਾ। ਇਹ ਸਾਰੀਆਂ ਚੀਜ਼ਾਂ ਘਬਰਾਹਟ, ਬੁਖਲਾਹਟ ਦਿਖਾ ਰਹੀਆਂ ਨੇ, ਕਿਉਂਕਿ ਜੇ ਉਹਨਾਂ ਨੂੰ ਇਹ ਗੱਲਾਂ ਦੀ ਲੋੜ ਹੁੰਦੀ ਤਾਂ ਇਹ ਕਰਨ ਦੀ ਲੋੜ ਹੀ ਨਹੀਂ ਕਿ ਤੁਸੀਂ, ਉਹ ਕਹਿੰਦੇ ਨੇ ਬੂਹੇ ਜੰਨ ਅਤੇ ਵਿੰਨੋ ਕੁੜੀ ਦੇ ਕੰਨ, ਉਹ ਹਿਸਾਬ ਉਹਨਾਂ ਦਾ ਹੈਗਾ। ਅੱਜ ਇਲੈਕਸ਼ਨ ਸਿਰ 'ਤੇ ਆ ਗਿਆ, ਸੜਕਾਂ 'ਤੇ ਬਜਰੀ ਵੀ ਸਿੱਟਤੀ, ਸੜਕਾਂ ਪੱਟ ਵੀ ਦਿੱਤੀਆਂ, ਸਵੇਜ ਸਿਸਟਮ ਸ਼ੁਰੂ ਕਰਤੇ, ਲੇਕਿਨ ਲੋਕਾਂ ਦੀ ਅਗਵਾਈ, ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਕੋਈ ਕਮੀ ਨਹੀਂ ਆਏਗੀ, ਉਹ ਉਵੇਂ ਦੀਆਂ ਉਵੇਂ ਹੀ ਖੜੀਆਂ ਨੇ। ਔਰ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਸਾਫ਼ ਅਤੇ ਸੁੱਚੀ ਸਰਕਾਰ ਲਿਆਉਣ ਵਾਸਤੇ ਕਾਂਗਰਸ ਪਾਰਟੀ ਇੱਕੋ ਇੱਕ ਪਾਰਟੀ ਹੈ ਕਿ ਉਹਦਾ ਉਹ ਸਾਥ ਦੇਣ, ਤਾਂ ਕਿ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਕਰ ਸਕੀਏ। ਇਹੀ ਮੇਰੀ ਉਹਨਾਂ ਨੂੰ ਇੱਕ ਰਾਏ ਹੋਏਗੀ, ਇਹੀ ਮੇਰਾ ਇੱਕ ਉਹਨਾਂ ਵਾਸਤੇ ਪਿਆਰ ਭਰਿਆ ਸੰਦੇਸ਼। ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਅਜੀਤ ਪਾਠਕਾਂ ਨੇ ਦਿੱਤਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਾਡੀਆਂ ਸ਼ੁਭਕਾਮਨਾ ਆਪ ਜੀ ਦੇ ਨਾਲ।